ਆਤੰਕਵਾਦ ਦੇ ਖਿਲਾਫ ਦਿੱਲੀ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਇੱਕ ਯਾਤਰਾ ਕੱਢੀ ਜਾਣੀ ਜਿਹਦੇ ਵਿੱਚ ਸ਼ਿਵ ਸੈਨਾ ਵੱਲੋਂ ਪ੍ਰਮੁੱਖਤਾ ਦਿਖਾਈ ਜਾਵੇਗੀ ਅਤੇ ਨਿਸ਼ਾਂਤ ਸ਼ਰਮਾ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਾਂਗੇ। ਨਿਸ਼ਾਂਤ ਜੀ, ਪਹਿਲਾਂ ਤਾਂ ਆਤੰਕਵਾਦ ਪੰਜਾਬ 'ਚ ਹੈਗਾ? ਪਿਛਲੇ ਲਗਭਗ ਜ਼ਿਆਦਾ ਨਾ ਗੱਲ ਕਰੀਏ, 5-7 ਸਾਲਾਂ ਦੀ ਗੱਲ ਕਰੀਏ, ਸਾਡੇ ਕਈ ਸਾਥੀ ਸ਼ਹੀਦ ਹੋ ਚੁੱਕੇ ਆ। ਦੁਰਗਾ ਗੁਪਤਾ ਜੀ ਖੰਨੇ ਤੋਂ ਸ਼ਿਵ ਸੈਨਾ ਨੇਤਾ, ਅਮਿਤ ਸ਼ਰਮਾ ਜੀ ਲੁਧਿਆਣਾ ਤੋਂ ਹਿੰਦੂ ਤਖਤ ਦੇ, RSS ਤੋਂ ਬ੍ਰਿਗੇਡੀਅਰ ਗਗਨੇਜਾ ਜੀ, ਅੰਮ੍ਰਿਤਸਰ ਤੋਂ ਸੁਧੀਰ ਕੁਮਾਰ ਸੂਰੀ ਜੀ, ਹਰਵਿੰਦਰ ਸੋਨੀ ਜੀ ਜੇ ਹਮਲਾ ਹੋਇਆ ਚਲੋ ਬਾਈ ਚਾਂਸ ਤੋਂ ਬਚ ਗਏ, ਭੋਲੇ ਸ਼ੰਕਰ ਜੀ ਦਾ ਆਸ਼ੀਰਵਾਦ ਸੀ ਉਹਨਾਂ 'ਤੇ, ਹਨੀ ਮਹਾਜਨ ਜੀ ਸਾਡੇ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਤੋਂ ਯੂਥ ਦੇ ਸੂਬਾ ਪ੍ਰਧਾਨ ਸੀ, ਉਹਨਾਂ ਦੀਆਂ ਲੱਤਾਂ 'ਤੇ ਗੋਲੀਆਂ ਵੱਜੀਆਂ ਅਤੇ ਨਾਲ ਦਾ ਸਾਥੀ ਸ਼ਹੀਦ ਹੋ ਗਿਆ। ਇਸ ਤੋਂ ਇਲਾਵਾ ਕੀ ਹੁਣ ਹੋਰ ਕਿੱਦਾਂ ਆਤੰਕਵਾਦ ਕੀ ਆਏਗਾ? ਪੰਜਾਬ ਪੁਲਿਸ ਹੈੱਡ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਹਮਲਾ ਹੋ ਗਿਆ, ਇਸ ਤੋਂ ਇਲਾਵਾ ਹੋਰ ਕਿੰਨੀਆਂ ਵਾਰਦਾਤਾਂ ਨੇ ਜੀ? ਹੁਣ ਸਮਝ ਰਹੇ ਲੋਕ ਕਿ ਇਹਦੀਆਂ ਝੂਠੀਆਂ ਲੁਹਾਵਣੀਆਂ ਗੱਲਾਂ ਨੇ, ਪਰ ਜਿਹੜਾ ਯੂਥ ਵਿਚਾਰਾ ਉਹ ਇਸ 'ਚ ਸਰਕਾਰਾਂ ਜ਼ਿੰਮੇਵਾਰ ਨੇ, ਕਿਉਂਕਿ ਯੂਥ ਜਦੋਂ ਬੇਰੋਜ਼ ਕਹਿੰਦੇ ਖਾਲੀ ਦਿਮਾਗ ਸ਼ੈਤਾਨ ਦਾ ਘਰ, ਜਦੋਂ ਆਪਾਂ ਬੇਰੋਜ਼ਗਾਰ ਹੋਵਾਂਗੇ, ਕੰਮ ਨਹੀਂ ਹੋਏਗਾ, ਬਿਜ਼ਨਸ ਨਹੀਂ ਹੋਏਗਾ, ਧੰਦਾ ਨਹੀਂ ਹੋਏਗਾ, ਅਤੇ ਆਪਣਾ ਇਸ ਪਾਸੇ ਧਿਆਨ ਚੱਲ ਜਾਂਦਾ। ਪਰ ਯੂਥ ਨੂੰ ਸਰਕਾਰਾਂ ਨੂੰ ਚਾਹੀਦਾ ਕਿ ਯੂਥ ਨੂੰ ਕੰਮਾਂ 'ਚ ਲਾਉਣ, ਕੁਛ ਸਾਡੇ ਭਾਈ ਸ਼ਹੀਦ ਹੋ ਜਾਂਦੇ ਉਹਨਾਂ ਦੀ ਪਵਿੱਤਰ ਆਤਮਾ ਦੀ ਸ਼ਾਂਤੀ ਲਈ, ਅਤੇ ਪਲੱਸ ਜਿਹੜੇ ਜੋਬ ਕਰ ਰਹੇ ਨੇ, ਚਾਹੇ ਸਾਡੇ ਸੁਰੱਖਿਆ ਕਰਮੀ ਨੇ, ਜਿਨ੍ਹਾਂ ਕਰਕੇ ਅਸੀਂ ਇਤਮਿਨਾਨ ਨਾਲ ਸੁਣਦੇ ਹਾਂ, ਤੁਸੀਂ ਮੈਂ ਸਾਰੇ ਅਸੀਂ ਬਾਜ਼ਾਰ 'ਚ ਜਾਈਦਾ ਆਪਣੀ ਭੈਣ ਨਾਲ, ਮਾਂ ਨਾਲ, ਤਾਂ ਅਸੀਂ ਸੁਰੱਖਿਆ ਮੌਜੂਦ ਕਰਦੇ ਹਾਂਗੇ, ਸਾਨੂੰ ਪਤਾ ਫੋਰਸ ਖੜ੍ਹੀ ਹੈ, ਅਤੇ ਉਹਨਾਂ ਦਾ ਧੰਨਵਾਦ ਕਰਨ ਲਈ, ਅਤੇ ਕਿਸੇ ਨੇ ਆਭਾਰ ਯਾਤਰਾ ਨਹੀਂ ਕੀਤੀ, ਅਸੀਂ ਆਭਾਰ ਯਾਤਰਾ ਕੱਢ ਰਹੇ ਹਾਂ ਜੀ। ਲੱਗਦਾ ਕਿ ਕਾਮਯਾਬ ਹੋਊਗੀ, ਕਿਉਂਕਿ ਜੇਕਰ ਆਪਾਂ ਦਿੱਲੀਓ ਚੱਲਣਾ ਤਾਂ ਪਰਮਿਸ਼ਨਾਂ ਜ਼ਰੂਰ ਚਾਹੀਦੀਆਂ ਹੋਣਗੀਆਂ, ਪਰਮਿਸ਼ਨਾਂ ਦੀ ਲੋੜ ਪੈਂਦੀ। ਅਸੀਂ ਕਿਹੜਾ ਕੋਈ ਪੋਲੀਟੀਕਲ ਰੈਲੀ ਕਰ ਰਹੇ ਹਾਂ ਜੀ, ਦੇਸ਼ ਦੀਆਂ ਜਿਹੜੀਆਂ ਫੋਰਸਿਸ ਨੇ ਉਹਦੀ ਹੌਸਲਾ ਬਜਾਈ ਲਈ ਯਾਤਰਾ ਕੱਢ ਰਹੇ ਹਾਂ। ਅਸੀਂ ਕੋਈ ਪੋਲੀਟੀਕਲੀ ਮੇਰੀ ਕੋਈ ਜਿਵੇਂ ਰਾਹੁਲ ਗਾਂਧੀ ਜੀ ਦੀ ਪੈਦਲ ਯਾਤਰਾ ਸੀ ਵੋਟਾਂ ਲੈਣ ਵਾਸਤੇ, ਜਾਂ ਕਿਸੇ ਹੋਰ ਦੀ ਤੁਰਬਣ ਦੀ ਯਾਤਰਾ, ਉਹ ਤਾਂ ਹੈ ਨਹੀਂ ਸਾਡੀ ਪੋਲੀਟੀਕਲ, ਕੋਈ ਸਾਡਾ ਧਾਰਮਿਕ ਸੰਗਠਨ ਹੈ। ਠੀਕ ਹੈ, ਹਜ਼ੂਰ ਨਿਸ਼ਾਂਤ ਹੋਣੀ ਨਾਲ ਗੱਲਬਾਤ ਕੀਤੀ, ਮੋਹਰ ਤੋਂ ਵੱਡੇ ਜਰਨਲਿਸਟ ਵਰਿੰਦਰਜੀਤ ਸਿੰਘ ਦੇ ਨਾਲ, ਸੰਦੀਪ ਸਿੰਘ, ਅਜੀਤ।